फवल वजह का, फवल वजह का शतरल मस्जिद हरा, ਬੇਲੀਆ ਬਈ ਵੱਧ ਘੱਟ ਨਹੀਂ ਕਰਨਾ। ਆ ਬੜੀ ਮਿਹਰਬਾਨੀ, ਬੜਾ ਪਿਆਰਾ ਤੇਰਾ ਸਾਊਂਡ ਏ। ਅੱਲਾ ਤੈਨੂੰ ਕਦੀ ਵਜ਼ੀਰੇ ਆਜ਼ਮ ਪਾਕਿਸਤਾਨ ਬਣਾ ਦੇ ਤੇ ਮੁਲਕ ਸਾਡਾ ਸੌਰ ਜਾਏ, ਕਿਉਂਕਿ ਜਿਹੜਾ ਇਸ ਦੌਰ 'ਚ ਸਾਊਂਡ ਚਲਾ ਸਕਦਾ ਉਹ ਪਾਕਿਸਤਾਨ ਵੀ ਚਲਾ ਸਕਦਾ। ਅੱਲਾ ਕੋਲੋਂ ਦੁਆ ਕਰੋ, ਅੱਲਾ ਇਹਦੀ ਜ਼ਿੰਦਗੀ 'ਚ ਬਰਕਤ ਕਰੇ। ਮੁਲਕ ਸਾਡਾ ਬੜਾ ਪਿਆਰਾ ਏ, ਸਾਡਾ ਮੁਲਕ ਬੜਾ ਆਲਾ ਏ, ਸਾਡਾ ਮੁਲਕ ਬੜਾ ਅਨੋਖਾ ਏ, ਸਾਡਾ ਮੁਲਕ ਬੜਾ ਨਿਰਾਲਾ ਏ, ਸਾਡਾ ਮੁਲਕ ਬੜਾ ਕਰਮਾਂ ਵਾਲਾ ਏ, ਸਾਡਾ ਮੁਲਕ ਬੜਾ ਭਾਗਾਂ ਵਾਲਾ ਏ, ਪੰਜਾਬ ਬੜਿਆ ਨਸੀਬਾਂ ਵਾਲਾ ਏ, ਕਿਉਂਕਿ ਮਰੀਅਮ ਨਵਾਜ਼ ਵਜ਼ੀਰ ਆਲਾ ਏ। ਹੈਂਜੀ, ਵੇਖੋ ਨਾ ਮੌਲਾਨਾ ਸ਼੍ਰੀ ਸਾਹਿਬ, ਮੈਂ ਤੁਹਾਨੂੰ ਵੀ ਝਟਕੀ ਗੱਲ ਦੱਸਾਂ, ਮੌਲਾਨਾ ਮੁਹੰਮਦ ਫਾਰੂਕ ਆਜ਼ਮ ਸਾਹਿਬ ਮੁਬਲਗੇ ਇਸਲਾਮ ਬੈਠੇ ਨੇ ਗੱਲ ਸੁਣਨ ਵਾਲੀ ਜੇ। ਮੈਂ ਤੁਹਾਨੂੰ ਗੱਲ ਦੱਸਣ ਲੱਗਾ, ਬੰਦਾ ਹੋਵੇ ਨਾ ਵਜ਼ੀਰ ਆਲਾ, ਅਤੇ ਚੌਧਰੀ ਕਾਸ਼ਿਫ ਨਵਾਜ਼ ਰੰਧਾਵੇ ਨੂੰ ਬਣਾ ਦਿੰਦੇ ਵਜ਼ੀਰ ਆਲਾ, ਜਾਂ ਜਨਾਬ ਹਮਜ਼ਾ ਸ਼ਬਾਜ਼ ਨੂੰ ਬਣਾ ਦਿੰਦੇ, ਮੌਲਵੀਆਂ ਵਿੱਚੋਂ ਕਿਸੇ ਨੂੰ ਬਣਾਉਣਾ ਸੀ ਤਾਂ ਨਾਸਰ ਮਦਨੀ ਨੂੰ ਬਣਾ ਦਿੰਦੇ, ਉਹ ਬਣ ਜਾਂਦਾ ਨਾ। ਅਤੇ ਉਹਨੇ ਕਹਿਣਾ ਸੀ, ਮੇਰੇ ਭਰਾਓ, ਮੈਨੂੰ ਰੱਬ ਨੇ ਵਜ਼ੀਰ ਆਲਾ ਬਣਾ ਦਿੱਤਾ, ਮੇਰੇ ਹੱਥਾਂ ਵੱਲ ਵੇਖਿਆ ਜੀ। ਉਹਨੇ ਨਾ ਕੋਈ ਗੱਲ ਐਸੀ ਵੈਸੀ ਕਰਨੀ ਸੀ, ਉਹਨੇ ਕਸਮੇ ਇਹੋ ਹੀ ਕਹਿਣਾ ਸੀ, ਇਹ ਮਾਲਕ ਦੀਆਂ ਮਰਜ਼ੀਆਂ ਨੇ, ਮੁਅੱਜ਼ਜ਼ ਸਾਮੀ ਨੇ ਕਿਰਾਮ, ਰੱਬ ਨੇ ਮੈਨੂੰ ਵਜ਼ੀਰ ਆਲਾ ਬਣਾ ਦਿੱਤਾ, ਮੈਂ ਤੁਹਾਨੂੰ ਸਮਝਾ ਨਹੀਂ ਸਕਦਾ, ਮੇਰੇ ਹੱਥਾਂ ਵੱਲ ਵੇਖਿਆ ਜੀ। ਗੱਲ ਇਹ ਵੇ, ਉਹ ਬੰਦਾ ਹੋਵੇ ਵਜ਼ੀਰ ਆਲਾ, ਬੰਦਾ ਗੱਲ ਕਰੇ, ਬੰਦਾ ਹੋਵੇ ਵਜ਼ੀਰ ਆਲਾ, ਬੰਦਾ ਗੱਲ ਕਰ ਲੈਂਦਾ ਹੈ ਕਿ ਵਜ਼ੀਰ ਆਲਾ ਸਾਹਿਬ ਬੰਦਿਆਂ ਵਾਲੀ ਗੱਲ ਕਰਿਆ ਜੇ, ਵਜ਼ੀਰ ਆਲਾ ਸਾਹਿਬ ਸਿਆਣੀ ਗੱਲ ਕਰਿਆ ਜੇ। ਅਜਿਵੇਂ ਅਸੀਂ ਚੀਫ ਜਸਟਿਸ ਨੂੰ ਕਹਿੰਦੇ ਹਾਂ, ਤੂੰ ਚੰਗਾ ਭਲਾ ਹੋ ਕੇ ਚਵਲ ਮਾਰੀ ਏ, ਦੇਰ ਫਿੱਟੇ ਮੂੰਹ ਦੇ ਲਾਹ ਦੀ ਲਾਹਨਤ ਹੀ, ਐਡੇ ਵੱਡੇ ਅਹੁਦੇ 'ਤੇ ਜਾ ਕੇ ਅਤੇ ਚਵਲ ਮਾਰੀ ਆ, ਅਤੇ ਕਰੋੜਾਂ ਮੁਸਲਮਾਨਾਂ ਦਾ ਦਿਲ ਦੁਖਾਇਆ ਹੀ, ਨਾਲੇ ਅੱਗੋਂ ਬਕਵਾਸ ਕਰਨਾ ਵੀ ਜਿਹੜਾ ਮੇਰੇ ਖਿਲਾਫ਼ ਗੱਲ ਕਰੇਗਾ ਮੈਂ ਉਹਦੇ 'ਤੇ ਧੋਈ ਨੇ ਅਦਾਲਤ ਲਾ ਦਿਆਂਗਾ। ਉਹ ਤੈਨੂੰ ਆਪਣੀ ਇੰਨੀ ਇੱਜ਼ਤ ਪਿਆਰੀ ਏ, ਅਤੇ ਜਿਨ੍ਹਾਂ ਨੂੰ ਅਸਾਂ ਜਹਾਨ ਤੋਂ ਅਤੇ ਆਪਣੀ ਜਾਨ ਤੋਂ ਪਿਆਰਾ ਸਮਝਿਆ, ਤੂੰ ਮੁਹੰਮਦ ਮੁਸਤਫਾ ਨੂੰ ਕੀ ਸਮਝਣਾ ਹੈ। ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ, ਪੁੱਤਰਾਂ ਨਾ ਲੈਟਾਂ ਨਾ ਇਹਨਾਂ ਦੀਆਂ ਬਾਲੋ ਮੋਬਾਈਲਾਂ ਦੀਆਂ, ਵੇਖੋ ਐਡੇ ਵੱਡੇ ਲੈਟੂ ਪੈ ਬਲਦੇ ਨੇ, ਅਤੇ ਤੁਸੀਂ ਨਹੀਂ ਨਾ ਇਹ ਬੰਦ ਕਰੋ, ਉਂਝ ਚਲਾ ਹੀ ਰੱਖੋ, ਲੇਕਿਨ ਇਹਨਾਂ ਦੀਆਂ ਲੈਟਾਂ ਬੰਦ ਕਰੋ, ਕੋਈ ਫਾਇਦਾ ਨਹੀਂ। ਉਹ ਟਿੰਡੂ ਬੰਦ ਕਰ, ਇਹ ਨਾ ਚਲਾਓ, ਐਡੇ ਕਰੀਬ ਤੋਂ ਨਾ ਇਹਨੂੰ ਚਲਾਓ। ਮੇਰੇ ਦੋਸਤੋ, ਮਿਲ ਜਾਏਗੀ ਤੁਹਾਨੂੰ ਕੇਸਰ, ਇੱਧਰ ਤੋਂ ਜੋ ਫਰਮਾਣਾ।